ਐਸਟੀਐਫ ਨੇ ਨਸ਼ਾ ਤਸਕਰੀ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੋ ਵੱਖ-ਵੱਖ ਮਾਮਲਿਆਂ 'ਚ 2 ਕਿਲੋ 500 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐਸਟੀਐਫ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤਰਨ ਤਾਰਨ ਦੇ ਭਿੱਖੀ ਵਿੰਡ ਤੋਂ ਕਾਰ ਸਵਾਰ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 2 ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਹਨਾਂ ਦੀ ਗ੍ਰਿਫਤਾਰੀ ਤੋਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਮੋਗਾ ਏਰੀਆ 'ਚ ਨਸ਼ਾ ਤਸਕਰੀ ਦੀ ਸਪਲਾਈ ਟੁੱਟ ਗਈ ਹੈ। ਇਸੇ ਤਰ੍ਹਾਂ ਲੁਧਿਆਣਾ ਦੇ ਬਸਤੀ ਜੋਧੇਵਾਲ ਏਰੀਆ ਤੋਂ ਮੋਟਰਸਾਈਕਲ ਸਵਾਰ ਆਰੋਪੀ ਨੂੰ ਕਾਬੂ ਕਰਕੇ ਉਸ ਤੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇੱਕ ਜਿਹੜਾ ਦੋਸ਼ੀ ਹੋਰ ਮਨਦੀਪ ਸਿੰਘ ਫੜਿਆ ਸੀਗਾ ਜੀ, ਉਹ 'ਤੇ FIR ਰਜਿਸਟਰ ਕੀਤੀ ਔਰ ਉਹ ਤੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਔਰ ਉਹਦੇ 'ਚ ਵੀ ਇੰਟਰਸਟਿੰਗ ਆਸਪੈਕਟ ਇਹ ਹੈ ਕਿ ਵੀ ਉਹ ਇੱਕ ਹੋਰ ਬੰਦੇ ਕੋਲ ਲੈਂਦਾ ਸੀ। STF ਲੁਧਿਆਣਾ ਟੀਮ ਨੇ ਇੱਕ ਬੇਸਿਕ ਇਨਫੋਰਮੇਸ਼ਨ ਤੋਂ ਡਿਵੈਲਪ ਕਰਦਿਆਂ ਹੋਇਆ ਦੋ ਜਿਹੜੇ ਨੇ ਆਦਮੀ ਇੱਕ ਮੇਜਰ ਸਪਲਾਈ ਚੇਨ ਦੇ ਵਿੱਚੋਂ ਜਿਹੜੇ ਕਿ ਮਿਡਲ ਪਾਰਟ ਆਫ ਦਾ ਸਪਲਾਈ ਚੇਨ ਹੈ, ਉਹਨਾਂ ਨੂੰ ਭਿੱਖੀਵਿੰਡ ਏਰੀਏ ਤੋਂ ਤਰਨ ਤਾਰਨ ਡਿਸਟ੍ਰਿਕਟ 'ਚ ਅਰੈਸਟ ਕੀਤਾ, ਜਿਨ੍ਹਾਂ ਕੋਲੋਂ 2 ਕਿਲੋ 300 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਕੀਤੀ ਗਈ। ਇਹ ਵਿਅਕਤੀ ਲੁਧਿਆਣਾ, ਜਲੰਧਰ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਔਰ ਕਾਫੀ ਸਮੇਂ ਤੋਂ ਡਰੱਗ ਸਪਲਾਈ ਕਰ ਰਹੇ ਸੀਗੇ ਔਰ ਲੁਧਿਆਣੇ ਦੇ ਵਿੱਚ ਇਹਨਾਂ ਦਾ ਕਾਫੀ ਬੇਸ ਸੀਗਾ, ਕੰਜ਼ਿਊਮਰ ਬੇਸ। ਔਰ ਇਸੇ ਕਰਕੇ ਅਸੀਂ ਇੱਥੋਂ ਕਰਦੇ ਬੈਕ ਟਰੈਕ ਕਰਦੇ ਹੋਇਆ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹਨਾਂ ਨੇ ਜਿਹੜੀ ਹੈਗੀ ਹੈ ਕਾਰ ਦੇ ਵਿੱਚ ਭਜਾਉਣ ਦੀ ਕੋਸ਼ਿਸ਼ ਕੀਤੀ, ਈਵਨ ਕਿ ਕਾਫੀ ਸਿਵਲੀਅਨ ਅਤੇ ਆਮ ਟ੍ਰੈਫਿਕ ਨੂੰ ਰਿਸਕ ਵਿੱਚ ਪਾਇਆ, ਪੁਲਿਸ ਪਾਰਟੀ ਨੂੰ ਰਿਸਕ 'ਚ ਪਾਇਆ ਐਂਡ ਆਫਟਰ ਹੌਟ ਚੇਸ ਇਨ ਭਿੱਖੀਵਿੰਡ ਏਰੀਆ ਇਨ ਤਰਨ ਤਾਰਨ ਦੇਵਾਰਾ ਪਈ ਹੈ। ਹਾਂਜੀ, ਇਹ ਜਿਹੜੀ ਇਹ ਪਿਛਲੇ ਇਸ ਤੋਂ ਵੀ ਅਸੀਂ ਟਰੈਕ ਕੀਤਾ ਹੈਗਾ ਜਿਹੜਾ ਸਪਲਾਈ ਚੇਨ, ਉਹਦੇ ਬਾਰੇ ਡਿਟੇਲ ਨਹੀਂ ਦੱਸੀ ਜਾ ਸਕਦੀ ਅਜੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।